ਵੀਡੀਓ ਪਟਵਾਰੀ ਫਾਇਰਮੈਨ ਸਬ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਲੀਗਲ ਕਲਰਕ ਮੈਂ ਤਹਿਸੀਲਦਾਰ ਇੰਸਪੈਕਟਰ ਹੋ ਜਿਹੜਾ ਮੇਨ ਤਾਂ ਵੀ ਇਹਨਾਂ ਨੇ ਭਰਨਾ ਕਾਂਸਟੇਬਲ ਸਬ ਇੰਸਪੈਕਟਰ ਕਾਂਸਟੇਬਲ ਸੀ ਆਪ ਦੇ ਪੇਪਰ ਹਨ ਹੁਣ ਚੱਕਰ ਕੀ ਹੈ ਨਾ ਤੁਹਾਡੇ ਚਲੋ ਤੁਹਾਨੂੰ ਤਾਂ ਮੈਂ ਦੱਸ ਦੇਣਾ ਕਾਫੀ ਜਣੇ ਜਿਹੜੇ ਜਿਹਨਾਂ ਨੂੰ ਨਹੀਂ ਵੀ ਪਤਾ ਹਨਾ ਮੈਂ ਵੀ ਆਨਲਾਈਨ ਦੇਖਦੇ ਹੋਣਗੇ ਕੋਈ ਚੀਜ਼ ਮੈਂ ਦੇਖਣਾ ਤਾਂ ਉਹਨਾਂ ਨੂੰ ਕਨਫਿਊਜ਼ ਰਹੂ ਵੀ ਹੁਣ ਵੀ ਕਿਹੜੇ ਪੇਪਰ ਦੀ ਤਿਆਰੀ ਕਰੀਏ ਜੀ ਠੀਕ ਹੈ ਵੀ ਆਹ ਪੋਸਟਾਂ ਜਿਵੇਂ ਮੰਨ ਲਓ ਇਕੱਠੀਆਂ ਹੀ ਆ ਗਈਆਂ ਸਾਰੀਆਂ ਜਾਂ ਪੇਪਰ ਕੁਛ ਟਾਈਮ ਤੱਕ ਹੋਣਗੇ 5-6 ਮਹੀਨੇ 7 ਮਹੀਨੇ ਸਾਰੇ ਪੇਪਰ ਹੋ ਜਾਣਗੇ ਲਗਭਗ ਤਾਂ ਹੁਣ ਕਨਫਿਊਜ਼ ਰਹਿਣਗੇ ਵੀ ਕਿਹੜੇ ਪੇਪਰ ਦੀ ਤਿਆਰੀ ਕਰੀਏ ਕਿਹੜੇ ਦੀ ਨਾ ਕਰੀਏ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਨਾ ਹਰੇਕ ਪੇਪਰ ਵਿੱਚ ਜੀਕੇ ਮੈਥ ਰੀਜਨਿੰਗ ਇੰਗਲਿਸ਼ ਪੰਜਾਬੀ ਤੇ ਕੰਪਿਊਟਰ ਇਹ 6 ਚੀਜ਼ਾਂ ਇਹ ਹਰੇਕ ਪੇਪਰ 'ਚ ਆਉਣੀ ਹੀ ਆਉਣੀ ਆ ਠੀਕ ਹੈ ਤਾਂ ਕਹਿਣ ਦਾ ਭਾਵ ਇਹ ਹੈ ਵੀ ਕੁਛ ਬਾਹਲਾ ਹਟ ਕੇ ਨਹੀਂ ਹੈਗਾ ਸਾਰੇ ਪੇਪਰਾਂ 'ਚ ਠੀਕ ਹੈ 70 ਤੋਂ 80% ਲਗਭਗ ਸੇਮ ਹੀ ਚੱਲੇ ਉਹ ਸਾਰਿਆਂ ਦਾ 20% ਫਰਕ ਪੈ ਸਕਦਾ ਉਹ ਫਰਕ ਕੀ ਪੈ ਸਕਦਾ ਜਿਵੇਂ ਪਟਵਾਰੀ ਹੈ ਇਹਦੇ ਵਿੱਚ ਐਗਰੀਕਲਚਰ ਦਾ ਕੁਛ ਟੋਪਿਕ ਸਪੈਸੀਫਿਕ ਹੈ ਤਾਂ ਐਗਰੀਕਲਚਰ ਪੜ੍ਹਨਾ ਪੈ ਸਕਦਾ ਹੈਨਾ ਵੱਖਰਾ ਥੋੜ੍ਹਾ ਜਿਹਾ ਠੀਕ ਹੈ ਬਾਹਲਾ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਪੈਂਦੀ 20% ਜ਼ੋਰ ਵੱਧ ਲੱਗਦਾ ਹਰੇਕ ਪੇਪਰ ਦਾ ਵੱਖਰਾ ਵੱਖਰਾ ਉਹਦਾ ਹਿਸਾਬ ਤਾਂ ਜਿਵੇਂ ਫਾਇਰਮੈਨ ਇਹਦੇ ਵਿੱਚ ਹੁਣ ਫਿਜ਼ੀਕਲ ਕ੍ਰਾਈਟੀਰੀਆ ਥੋੜ੍ਹਾ ਜ਼ਿਆਦਾ ਮੰਗਦੇ ਆ ਤਾਂ ਫਿਜ਼ੀਕਲ 'ਚ ਥੋੜ੍ਹਾ ਜਿਹਾ ਜ਼ੋਰ ਜ਼ਿਆਦਾ ਦੇਣਾ ਪਊਗਾ 20% ਜ਼ੋਰ ਇੱਧਰ ਜ਼ਿਆਦਾ ਦੇਣਾ ਪਊਗਾ ਫਿਜ਼ੀਕਲ ਵਾਲੇ ਪਾਸੇ ਠੀਕ ਹੈ ਤਾਂ ਕਹਿਣ ਦਾ ਭਾਵ ਇਹ ਹੈ ਵੀ ਇਹੋ ਜਿਹਾ ਕੁਛ ਨਹੀਂ ਗਾ ਵੀ ਕਿਹੜੇ ਪੇਪਰ ਦੀ ਤਿਆਰੀ ਕਰੀਏ ਸਮਝ ਨਾ ਆਵੇ ਵੀ ਕੀ ਹਾਏ ਇਹਦਾ ਹੀ ਤਿਆਰੀ ਕਰੀਏ ਵੀ ਉਹਦੀ ਤਿਆਰੀ ਕਰੀਏ ਤਿਆਰੀ ਆਪਾਂ ਸਾਰੇ ਪੇਪਰਾਂ ਦੀ ਕਰੀਏ ਤਿਆਰੀ ਆਪਾਂ ਜਦੋਂ ਵੀ ਕਿਸੇ ਪੇਪਰ ਦੀ ਤਿਆਰੀ ਕਰਨੀ ਹੈ ਨਾ ਐ ਨਹੀਂ ਸੋਚ ਕੇ ਚੱਲਣਾ ਜਿਵੇਂ ਕਾਂਸਟੇਬਲ ਵਾਲੇ ਆ ਉਹਨਾਂ ਨੂੰ ਇਹ ਹੋਊਗਾ ਵੀ ਯਾਰ ਅਸੀਂ ਕਾਂਸਟੇਬਲ ਦੀ ਤਿਆਰੀ ਹੀ ਕਰਨੀ ਹੈ ਹੋਰ ਨਹੀਂ ਪੇਪਰ ਦੀ ਤਿਆਰੀ ਕਰਨੀ ਕਿਉਂਕਿ ਕਾਂਸਟੇਬਲ ਸਿਲੇਬਸ ਬਾਕੀ ਪੇਪਰਾਂ ਨਾਲੋਂ ਥੋੜ੍ਹਾ ਜਿਹਾ ਘੱਟ ਹੈ ਚੀਜ਼ਾਂ ਤਾਂ ਆਹੀ 6 ਆਉਣੀ ਹੈ ਪਰ ਉਹਦੇ ਵਿੱਚ ਉਹਨਾਂ ਨੇ ਕੁਛ ਕੁਛ ਟੌਪਿਕ ਲਿਖ ਰੱਖੇ ਵੀ ਆਹ ਟੌਪਿਕ ਆਉਣਗੇ ਮੇਰੇ ਤੁਹਾਨੂੰ ਦੱਸਣ ਦਾ ਭਾਵ ਇਹ ਆ ਵੀ ਆਪਾਂ ਇਕੱਲਾ ਕਾਂਸਟੇਬਲ ਤੇ ਨਿਰਭਰ ਨਹੀਂ ਰਹਿਣਾ ਠੀਕ ਹੈ ਆਪਾਂ ਤਿਆਰੀ ਡੱਟ ਕੇ ਕਰਨੀ ਆ ਆਪਾਂ ਤਿਆਰੀ ਕਰਨੀ ਹੈ ਨੈਬਸੀਲਦਾਰ ਲੈਵਲ ਦੀ ਤਾਂ ਸਭ ਤੋਂ ਜਿਹੜਾ ਔਖਾ ਪੇਪਰ ਹੋਊਗਾ ਜਿਹੜਾ ਸਭ ਪੀਪੀਐਸਸੀ ਲੈਂਦੀ ਹੈ ਠੀਕ ਹੈ ਇਹਦੇ ਕਨਸੈਪਟ ਬੇਸ ਕੁਐਸਚਨ ਪਾਉਂਦੀ ਹੈ ਪੀਸੀਐਸ ਟਾਈਪ ਦਾ ਪੇਪਰ ਹੁੰਦਾ ਹੈ ਇਹਦਾ ਆਪਾਂ ਤਿਆਰੀ ਇਸ ਹਿਸਾਬ ਨਾਲ ਕਰਕੇ ਜਾਈਏ ਜੇ ਆਪਣੀ ਤਿਆਰੀ ਇਹਦੇ ਹਿਸਾਬ ਦੀ ਹੋਊਗੀ ਨਾ ਆਹ ਸਾਰੇ ਤਾਂ ਕੁਛ ਵੀ ਨਹੀਂ ਲੱਗਣਗੇ ਆਪਾਂ ਨੂੰ ਠਾਠਾ ਮਾਰ ਲਾਂਗੇ ਆਪਾਂ ਪੇਪਰ 'ਚ ਠੀਕ ਹੈ ਆਰਾਮ ਨਾਲ ਕੱਢ ਦਾਂਗੇ ਸਾਰੇ ਪੇਪਰ ਆਪਾਂ ਜੇ ਆਪਾਂ ਤਿਆਰੀ ਇਸ ਹਿਸਾਬ ਦੀ ਕਰਾਂਗੇ ਤਾਂ ਕਹਿਣ ਦਾ ਭਾਵ ਇਹ ਹੈ ਵੀ ਜਿੰਨੇ ਵੀ ਜਣੇ ਤਿਆਰੀ ਕਰ ਰਹੇ ਆ ਵੀ ਤਿਆਰੀ ਦਾ ਜਿਹੜਾ ਲੈਵਲ ਹੈ ਉਹ ਨੈਬ ਤਹਿਸੀਲਦਾਰ ਦਾ ਲੈਵਲ ਰੱਖੀਏ ਆਪਾਂ ਕਿ ਆਪਾਂ ਨੂੰ ਇਹ ਪੇਪਰਾਂ ਵਿੱਚ ਕੋਈ ਤੰਗੀ ਨਾ ਆਵੇ ਇਹ ਆਰਾਮ ਨਾਲ ਹੀ ਕਲੀਅਰ ਹੋਣਗੇ ਜੇ ਆਪਾਂ ਇਹਦੀ ਇਸ ਹਿਸਾਬ ਦੀ ਤਿਆਰੀ ਕਰਾਂਗੇ ਠੀਕ ਹੈ ਤਾਂ ਆਪਾਂ ਹੁਣ ਜਿਹੜੀ ਇੱਥੇ ਤਿਆਰੀ ਕਰ ਰਹੇ ਹਾਂ ਇਹਦੇ ਹਿਸਾਬ ਦੀ ਤਿਆਰੀ ਕਰ ਰਹੇ ਹਾਂ ਇਹ ਤੁਹਾਨੂੰ ਤਾਂ ਦੱਸ ਰਿਹਾ ਵੀ ਤੁਹਾਨੂੰ ਪਤਾ ਹੋਵੇ ਵੀ ਕੱਲ੍ਹ ਤੁਹਾਨੂੰ ਕਿਸੇ ਹੋਰ ਪੇਪਰ 'ਚ ਦਿੱਕਤ ਨਹੀਂ ਆਊਗੀ ਠੀਕ ਆ ਆਪਾਂ ਇੱਕ ਪੇਪਰ ਨੂੰ ਪੜ੍ਹ ਲਿਆ ਵੀ ਬਸ ਪਹਿਲੇ ਕਾਂਸਟੇਬਲ ਦੀ ਤਿਆਰੀ ਕਰਨੀ ਹੈ ਮੰਨ ਲਓ ਕਈ ਵਾਰੀ ਜ਼ਿੰਦਗੀ ਵਿੱਚ ਇਹ ਨਹੀਂ ਹੁੰਦਾ ਮੈਂ ਕਦੇ ਨਹੀਂ ਸੋਚਿਆ ਮੈਂ ਸਬ ਇੰਸਪੈਕਟਰ ਬਣਨਾ ਮੈਂ ਤਿਆਰੀ ਯੂਪੀਐਸਸੀ ਦੀ ਕੀਤੀ ਠੀਕ ਹੈ ਹੁਣ ਉਹ ਤਿਆਰੀ ਕਰਨ ਦਾ ਮੈਨੂੰ ਫਾਇਦਾ ਇਹ ਹੋਇਆ ਕਿ ਮੇਰੇ ਬਾਕੀ ਪੇਪਰ ਸੀਗੇ ਜਿਹੜੇ ਆ ਮੈਂ ਸਬ ਇੰਸਪੈਕਟਰ ਹੋ ਗਿਆ ਉਸ ਟਾਈਮ ਤੇ ਕੋਆਪਰੇਟਿਵ ਇੰਸਪੈਕਟਰ ਆਇਆ ਸੀਗਾ ਠੀਕ ਹੈ ਇਹੋ ਜਿਹੇ ਪੇਪਰ ਆਰਾਮ ਨਾਲ ਕਲੀਅਰ ਹੋ ਰਹੇ ਸੀ ਫਿਰ ਮੇਰੇ ਟਾਈਮ ਤੋਂ ਬਾਅਦ ਠੀਕ ਹੈ ਉਹਦੇ ਉਹਦੇ ਵਾਸਤੇ ਮੈਨੂੰ ਐ ਨਹੀਂ ਹੈ ਯੂਪੀਐਸਸੀ ਜੋ ਪੜਿਆ ਸਾਰਿਆਂ ਨਾਲ ਆ ਗਿਆ ਥੋੜਾ ਜਿਹਾ ਵੱਖਰਾ ਜ਼ੋਰ ਲਾਉਣਾ ਪਿਆ ਕਿਉਂਕਿ ਇਹਦੇ ਵਿੱਚ ਫੈਕਟ ਹੁੰਦੇ ਆ ਜ਼ਿਆਦਾ ਤਾਂ ਮੈਨੂੰ 20-30% ਜ਼ਿਆਦਾ ਜ਼ੋਰ ਲਾਉਣਾ ਪਿਆ ਹੁਣ ਮੈਂ ਤੁਹਾਨੂੰ ਸਾਰੀ ਚੀਜ਼ਾਂ ਕਰਾ ਲੈਣੀ ਹੈ ਫੈਕਟ ਵੀ ਤੇ ਕਨਸੈਪਟ ਵੀ ਠੀਕ ਹੈ ਆਪਣਾ ਲੈਵਲ ਜਿਹੜਾ ਇੱਥੋਂ ਤੱਕ ਤਾਂ ਹੋ ਜਾਊਗਾ ਵੀ ਆਪਾਂ ਨੂੰ ਹੋਰ ਪੇਪਰਾਂ 'ਚ ਤੰਗੀ ਨਹੀਂ ਆਊਗੀ ਤੇ ਬਾਕੀ ਜਣੇ ਵੀ ਜਿਹੜੇ ਆਨਲਾਈਨ ਦੇਖ ਰਹੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਵੀ ਤਿਆਰੀ ਜਿਹੜੀ ਆਪਦੀ ਉਹ ਇਸ ਹਿਸਾਬ ਦੀ ਕਰੋ ਵੀ ਤੁਹਾਨੂੰ ਵੱਡੇ ਲੈਵਲ ਦੀ ਕਰੋ ਵੀ ਬਾਕੀ ਪੇਪਰਾਂ 'ਚ ਛੋਟੇ ਮੋਟੇ ਪੇਪਰਾਂ 'ਚ ਤੰਗੀ ਨਾ ਆਵੇ ਕੋਈ ਵੀ ਛੋਟੇ ਪੇਪਰ ਦੀ ਤਿਆਰੀ ਨਾ ਸੋਚ ਕੇ ਕਰੋ ਕਈ ਵਾਰੀ ਆਪਾਂ ਨੂੰ ਉਹ ਚੀਜ਼ ਮਿਲਦੀ ਨਹੀਂ ਕਈ ਵਾਰੀ ਹੋ ਜਾਂਦਾ ਕੁਛ ਨਾ ਕੁਛ ਮੰਨ ਲਓ ਫਿਜ਼ੀਕਲ 'ਚ ਰਹਿ ਗਏ ਕੋਈ ਨਾ ਕੋਈ ਕਈ ਵਾਰੀ ਪੇਪਰ ਵਾਲਾ ਦਿਨ ਸਹੀ ਨਹੀਂ ਨਿਕਲਦਾ ਬੰਦਾ ਦਾ ਫੋਕਸ ਨਹੀਂ ਬਣ ਪਾਉਂਦਾ ਪੇਪਰ 'ਚ ਸੌ ਚੀਜ਼ਾਂ ਆ ਜਾਂਦੀਆਂ ਤਾਂ ਕਦੇ ਵੀ ਇਹ ਨਾ ਸੋਚ ਕੇ ਚੱਲੋ ਵੀ ਅਸੀਂ ਸਿਰਫ ਇਹੀ ਪੇਪਰ ਦੇਣਾ ਸਾਡੇ ਲਈ ਸਿਰਫ ਇਹੀ ਪੇਪਰ ਬਣਿਆ ਸੀ ਤਾਂ ਇਹੀ ਦੇਵਾਂਗੇ ਸਾਰੇ ਪੇਪਰਾਂ ਦੀ ਤਿਆਰੀ ਕਰਕੇ ਚੱਲੋ ਕਿਉਂਕਿ ਇਹ ਇੱਕ ਪੇਪਰ ਨੂੰ ਫੜ ਲਿਆ ਤੁਸੀਂ ਜੇ ਮੰਨ ਲਓ ਸਾਲ ਖਰਾਬ ਕਰ ਲੈਣਾ ਸਾਲ ਬਾਅਦ ਡੀਮੋਰਲਾਈਜ਼ ਹੋ ਜਾਓਗੇ ਸਾਡਾ ਉਹ ਪੇਪਰ ਕਲੀਅਰ ਨਹੀਂ ਹੋਇਆ ਹੁਣ ਅੱਗੇ ਕੀ ਕਰੀਏ ਤਾਂ ਤਿਆਰੀ ਸਾਰੇ ਪੇਪਰਾਂ ਦੀ ਇਕੱਠੀ ਲੈ ਕੇ ਚੱਲੋ ਠੀਕ ਹੈ ਤਿਆਰੀ ਆਪਣੀ ਹਾਈ ਲੈਵਲ ਦੀ ਕਰੋ ਵੀ ਛੋਟੇ ਮੋਟੇ ਪੇਪਰ ਦਾ ਉਦੋਂ ਹੀ ਨਿਕਲ ਜਾਣ ਠੀਕ ਹੈ ਹੁਣ ਪਤਾ ਕੀ ਚੱਕਰ ਹੈ ਇਹਨਾਂ ਜਿਵੇਂ ਇਹਦੇ ਵਿੱਚੋਂ ਤੁਹਾਡੇ ਵਿੱਚੋਂ ਕਈ ਜਣੇ ਨਾ ਸਿਰਫ ਕਾਂਸਟੇਬਲ ਦੀ ਤਿਆਰੀ ਕਰ ਰਹੇ ਆ ਜਾਏ ਕਿਉਂਕਿ ਕਈਆਂ ਨੇ ਅਜੇ ਬੀਏ ਦਾ ਲਾਸਟ ਇਹਨਾਂ ਦਾ ਵੀ ਜਿਵੇਂ ਲਾਸਟ ਈਅਰ ਚੱਲ ਰਿਹਾ ਹੈ ਨਾ ਜਾਂ ਕੋਈ ਅਜੇ ਬੀਏ ਕਰ ਰਿਹਾ ਤਾਂ ਮੈਂ ਇਹਨਾਂ ਨੂੰ ਦੱਸ ਰਿਹਾ ਸੀਗਾ ਵੀ ਕੱਲ੍ਹ ਨੂੰ ਹੋ ਸਕਦਾ ਮਤਲਬ ਹੁਣ ਕਾਂਸਟੇਬਲ ਦੇ ਪੇਪਰ 'ਚ 3-4 ਮਹੀਨੇ ਆ ਹੁਣ ਤੁਸੀਂ ਪਹਿਲਾਂ ਕੁਛ ਪੜ੍ਹਿਆ ਕਿ 0 ਤੋਂ ਸ਼ੁਰੂ ਕਰਨੀ ਤਿਆਰੀ ਕਿੱਥੋਂ ਪੜ੍ਹ ਕੇ ਤਿਆਰੀ ਕਰ ਰਹੇ ਹੋ YouTube ਤੇ ਪੜ੍ਹਦੇ ਅੱਛਾ YouTube ਤੇ ਪੜ੍ਹਨ ਦਾ ਚਲੋ ਕੋਈ ਨੁਕਸਾਨ ਨਹੀਂ ਹੈਗਾ ਪਰ YouTube ਤੇ ਆਏ ਨਾ
ਤੁਹਾਨੂੰ ਪਤਾ ਨਹੀਂ ਲੱਗਦਾ ਅਸੀਂ ਕਿੰਨਾ ਕਰ ਲਿਆ ਕਿੰਨਾ ਕ ਨਹੀਂ, ਸਾਡਾ ਕਿੰਨਾ ਹੋ ਗਿਆ ਕਿੰਨਾ ਕ ਨਹੀਂ, ਜਿਵੇਂ ਜਿਵੇਂ ਕੋਈ ਕਰਾਈ ਜਾਂਦਾ ਹੋਵੇ ਕਰੀ ਜਾਂਦੇ ਹਾਂ, ਦਾਇਰਾ ਜਿਹਾ ਨਹੀਂ ਪਤਾ ਲੱਗਦਾ ਵੀ ਹੋ ਗਿਆ ਸਾਰਾ ਕਿ ਨਹੀਂ ਹੋਇਆ, ਕਿੰਨਾ ਕਰਿਆ ਗਿਆ, ਇਹ ਉਸ ਚੀਜ਼ ਦੀ ਕਮੀ ਹੈ। ਠੀਕ ਹੈ, ਕਿਉਂਕਿ ਉੱਥੇ ਫੇਸ ਟੂ ਫੇਸ ਇੰਟਰੈਕਸ਼ਨ ਨਹੀਂ ਹੋ ਪਾਉਂਦੀ ਕਿਸੇ ਨਾਲ, ਤਾਂ ਤੁਹਾਨੂੰ ਦੱਸ ਨਹੀਂ ਪਾਉਂਦਾ ਵੀ ਭਾਈ ਆਪਾਂ ਆਹ ਕਰ ਲਿਆ, ਇਹ ਰਹਿ ਗਿਆ ਆਪਣਾ, ਇਹ ਆਪਾਂ ਕਰਨਾ, ਇਹ ਚੀਜ਼ ਫਿਰ ਸਿਲੇਬਸ ਕੰਪਲੀਟ ਨਹੀਂ ਹੋ ਪਾਉਂਦਾ, ਇਹ ਕਮੀ ਹੈ ਯੂਟਿਊਬ ਦੀ। ਠੀਕ ਹੈ, ਹੁਣ ਆਹ ਜਿਹੜੀਆਂ ਚੀਜ਼ਾਂ ਆ ਮੈਂ ਤੁਹਾਨੂੰ ਦੱਸ ਰਿਹਾ ਵੀ ਆਹ ਪੋਸਟਾਂ ਆ, ਕੋਸ਼ਿਸ਼ ਇਹ ਕਰੋ ਵੀ ਆਪਾਂ ਇਹਦਾ ਦੀ ਤਿਆਰੀ ਕਰਨੀ ਹੈ। ਠੀਕ ਹੈ, ਬੀ ਗ੍ਰੇਡ ਪੋਸਟਾਂ ਦੀ, ਫਿਰ ਤੁਹਾਡੇ ਆਪ ਆਰਾਮ ਨਾਲ ਨਿਕਲਣਗੇ। ਠੀਕ ਹੈ, ਤੇ ਇੱਕ ਚੀਜ਼ ਹੋਰ ਆ, ਜਦੋਂ ਤੁਸੀਂ ਮੰਨ ਲਓ ਕਾਂਸਟੇਬਲ ਭਰਤੀ ਹੁੰਦੇ ਹੋ, ਤੁਹਾਨੂੰ ਮੈਂ ਇਹ ਮੋਟੀਵੇਸ਼ਨ ਲਈ ਦੱਸ ਰਿਹਾ, ਜੇ ਕਾਂਸਟੇਬਲ ਭਰਤੀ ਹੋ ਗਏ ਤੁਹਾਨੂੰ, ਜੇ ਤਾਂ ਤੁਸੀਂ ਕਾਂਸਟੇਬਲ ਲੱਗ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ, ਅਫਸਰ ਦੀ ਨਿਗਾਹ ਜਾ ਕੇ ਹੋਰ ਤਾਂ ਜਲਦੀ ਪ੍ਰਮੋਸ਼ਨ ਮਿਲ ਜੇ, ਅਦਰਵਾਈਜ਼ ਪ੍ਰਮੋਸ਼ਨ ਬਹੁਤ ਲੇਟ ਆ। ਕਾਂਸਟੇਬਲ ਨੂੰ ਸਾਰੀ ਉਮਰ ਲੱਗ ਜਾਂਦੀ ਹੈ, ਸਬ ਇੰਸਪੈਕਟਰ ਨਹੀਂ ਬਣ ਪਾਉਂਦੇ। ਠੀਕ ਹੈ, ਜੇ ਮਤਲਬ ਕਿ ਨੋਰਮਲ ਜਿਹੜੇ ਸਾਰਿਆਂ ਦੀ ਗੱਲ ਕਰ ਰਿਹਾ, ਕੋਈ ਕੋਈ ਐਕਸੈਪਸ਼ਨ ਨੇ ਜਿਹੜੇ ਪ੍ਰਮੋਸ਼ਨ ਜਲਦੀ ਹੋ ਜਾਂਦੀ ਹੈ, ਜਿਹਨੇ ਬਹੁਤ ਵਧੀਆ ਕੰਮ ਕਰਤਾ, ਐਕਸੈਪਸ਼ਨ ਉਹ ਸਾਰੇ ਡਿਪਾਰਟਮੈਂਟ 'ਚ 3-4 ਬੰਦੇ ਹੁੰਦੇ ਜ਼ਿਆਦਾ ਨਹੀਂ ਹੁੰਦੇ। ਠੀਕ ਹੈ, ਤਾਂ ਮਤਲਬ ਹਜ਼ਾਰਾਂ ਵਿੱਚ ਭਰਤੀ ਹੋਣੀ ਹੈ ਕਾਂਸਟੇਬਲ ਦੀ, ਤਾਂ ਕੋਈ ਬੰਦਾ ਹੋਊਗਾ ਜਿਹੜਾ ASI ਤੱਕ ਪਹੁੰਚਦਾ ਆ, ਸਬ ਇੰਸਪੈਕਟਰ ਤੱਕ, ਕੋਈ ਬਹੁਤ ਔਖਾ ਆ। ਪ੍ਰਮੋਸ਼ਨ ਚੈਨਲ ਇਸ ਤਰੀਕੇ ਦਾ ਆ। ਠੀਕ ਹੈ, ਹਾਂ ਇਹ ਜ਼ਰੂਰ ਹੈ ਤੁਹਾਨੂੰ ਲੋਕਲ ਰੈਂਕ ਮਿਲ ਜਾਂਦੇ ਆ, 16 ਸਾਲ ਬਾਅਦ ਪਹਿਲਾ ਲੋਕਲ ਰੈਂਕ ਮਿਲ ਜਾਂਦਾ ਹੈ ਹੈੱਡ ਕਾਂਸਟੇਬਲ, ਫਿਰ ਉਸ ਤੋਂ ਬਾਅਦ 24 ਸਾਲ ਬਾਅਦ ਇੱਕ ਲੋਕਲ ਰੈਂਕ। ਲੋਕਲ ਰੈਂਕ ਬਾਰੇ ਪਤਾ ਤੁਹਾਨੂੰ ਕੀ ਹੁੰਦਾ? ਲੋਕਲ ਰੈਂਕ ਕੀ ਹੁੰਦਾ, ਮੰਨ ਲਓ ਹੁਣ ਕਾਂਸਟੇਬਲ ਆ, ਕਾਂਸਟੇਬਲ ਤੋਂ ਬਾਅਦ ਹੈੱਡ ਕਾਂਸਟੇਬਲ ਜਾਂ ਹੌਲਦਾਰ ਬਣਦਾ। ਠੀਕ ਹੈ, ਜੇ ਮੰਨ ਲਓ ਇੱਕ B1 ਦਾ ਟੈਸਟ ਹੁੰਦਾ, ਆਪਾਂ ਫੇਰ ਗੱਲ ਕਰ ਲਾਂਗੇ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ। B1 ਦਾ ਟੈਸਟ ਹੁੰਦਾ, ਜੇ ਤੁਸੀਂ ਕਾਂਸਟੇਬਲ ਭਰਤੀ ਹੋ ਗਏ ਨਾ, ਉਸ ਤੋਂ ਬਾਅਦ ਹੁੰਦਾ ਟੈਸਟ ਇਹ, ਜੇ ਤੁਸੀਂ ਇਹ ਟੈਸਟ ਕਰ ਲਿਆ ਤੁਸੀਂ ਹੌਲਦਾਰ ਬਣ ਜਾਂਦੇ ਹੋ। ਇਹ ਟੈਸਟ ਤੁਸੀਂ 4 ਸਾਲ ਬਾਅਦ ਦੇ ਸਕਦੇ ਹੋ ਤੁਸੀਂ ਨੌਕਰੀ ਤੇ ਲੱਗ ਗਏ ਉਸ ਤੋਂ ਬਾਅਦ। ਠੀਕ ਹੈ, ਤੇ ਉਸ ਤੋਂ ਬਾਅਦ ਤੁਸੀਂ ਹੌਲਦਾਰ ਬਣ ਜਾਂਦੇ। ਇੱਕ ਤਰੀਕਾ ਤਾਂ ਇਹ ਹੈ, ਜਿਹੜਾ ਬੰਦਾ ਉਹ ਟੈਸਟ ਨਹੀਂ ਦੇ ਪਾਉਂਦਾ ਉਹਨੂੰ ਕੀ ਆ, ਇੱਕ ਤਰੀਕਾ ਬਣਾਇਆ ਹੋਇਆ ਵੀ 16 ਸਾਲ ਬਾਅਦ ਨਾ ਲੋਕਲ ਰੈਂਕ ਮਿਲ ਜਾਂਦਾ ਹੈੱਡ ਕਾਂਸਟੇਬਲ ਦਾ। ਲੋਕਲ ਰੈਂਕ ਕੀ ਹੁੰਦਾ, ਉਹਨੂੰ ਜਿਹੜੀ ਵਰਦੀ ਹੈ ਉਹ ਮਿਲ ਜੂਗੀ ਹੈੱਡ ਕਾਂਸਟੇਬਲ ਦੀ। ਠੀਕ ਹੈ, ਪਰ ਰਹੂਗਾ ਕਾਗਜ਼ੀ ਪੱਤਰੀ ਰਿਕਾਰਡ ਵਿੱਚ ਕਾਂਸਟੇਬਲ ਹੀ ਰਹੂਗਾ। ਠੀਕ ਹੈ, ਉਸ ਤੋਂ ਬਾਅਦ ਜਦੋਂ ਉਹਦੇ 24 ਸਾਲ ਪੂਰੇ ਹੋ ਗਏ ਉਹਨੂੰ ਲੋਕਲ ਰੈਂਕ ਮਿਲ ਜੂਗਾ ASI ਦਾ, ਇੱਕ ਤਾਰਾ ਲੱਗ ਜੂਗਾ, ਉਹਦੇ ਵਰਦੀ ਮਿਲ ਜੂਗੀ ASI ਦੀ, ਔਨ ਰਿਕਾਰਡ ਕਾਂਸਟੇਬਲ ਹੀ ਰਹੂਗਾ ਉਹ। ਇਹ ਕੰਮ ਹੁੰਦਾ ਅਗਰ ਇੱਦਾਂ ਦੀ ਪ੍ਰਮੋਸ਼ਨ ਮਿਲਦੀ ਹੈ, ਇਹਦਾ ਨਾ ਕੋਈ ਤਨਖਾਹ 'ਚ ਬੈਨੀਫਿਟ ਮਿਲਦਾ ਹੈ, ਨਾ ਕੋਈ ਔਨ ਭੱਤਿਆਂ 'ਚ ਬੈਨੀਫਿਟ ਮਿਲਦਾ, ਹੈਨਾ, ਕੋਈ ਹੋਰ ਭੱਤਾ ਵੀ ਨਹੀਂ ਮਿਲਦਾ ਨਾ ਤਨਖਾਹ, ਬਸ ਦਿਖਾਵੇ ਲਈ, ਦੇਖਣ ਲਈ ਕਿ ਹਾਂ ਬੰਦਾ ASI ਲੱਗਦਾ ਜਾਂ ਫਿਰ ਹੈੱਡ ਕਾਂਸਟੇਬਲ ਲੱਗਦਾ, ਦੇਖਣ ਲਈ ਹੁੰਦਾ ਵੀ ਪ੍ਰਭਾਵ ਪੈ ਰਿਹਾ, ਹਾਂ ਵੀ ASI ਜਾ ਰਿਹਾ, ਔਨ ਰਿਕਾਰਡ ਫਿਰ ਕਾਂਸਟੇਬਲ ਹੀ ਹੁੰਦਾ, ਇਹ ਚੀਜ਼ ਹੁੰਦੀ ਹੈ। ਤਾਂ ਮੈਂ ਤੁਹਾਨੂੰ ਇਹ ਚੀਜ਼ ਤਾਂ ਦੱਸ ਰਿਹਾ ਵੀ ਅਗਲੇ ਸਾਲ ਜਿਵੇਂ ਉਹਨਾਂ ਨੇ ਸਰਕਾਰ ਨੇ ਕਿਹਾ ਹੋਇਆ ਵੀ ਹਰ ਸਾਲ ਪੋਸਟਾਂ ਆਉਣੀਆਂ, ਤੇ ਕਿਉਂ ਨਾ ਆਪਾਂ ਮਤਲਬ ਆਪਦਾ ਵਧੀਆ ਜ਼ੋਰ ਲਾ ਕੇ ਵੀ ਅਗਲੇ ਸਾਲ ਤੱਕ BA ਵੀ ਹੋ ਜੂਗੀ, ਹੋ ਸਕਦਾ ਇਸ ਵਾਰੀ ਕਾਂਸਟੇਬਲ ਕਲੀਅਰ ਹੋ ਜਾਏ। ਪਰ ਚੱਕਰ ਇਹ ਹੈ ਜਦੋਂ ਟ੍ਰੇਨਿੰਗ ਤੇ ਜਾਂਦੇ ਹੋ ਨਾ ਤੁਸੀਂ, ਜਿਵੇਂ ਮੰਨ ਲਓ ਕਾਂਸਟੇਬਲ ਲੱਗ ਗਿਆ ਹੈ, ਸਬ ਇੰਸਪੈਕਟਰ ਵੀ ਲੱਗ ਗਿਆ, ਹੋ ਸਕਦਾ ਸਬ ਇੰਸਪੈਕਟਰ ਨੇ ਗਾਂਹ ਕੋਈ ਪੇਪਰ ਦੀ ਤਿਆਰੀ ਕਰਨੀ ਹੋਵੇ, ਟ੍ਰੇਨਿੰਗ ਤੇ ਜਾ ਕੇ ਤੁਹਾਨੂੰ ਟਾਈਮ ਨਹੀਂ ਮਿਲਦਾ ਪੜਨ ਦਾ। ਠੀਕ ਹੈ, ਉੱਥੇ ਸ਼ਡਿਊਲ ਹੀ ਨਾ ਬਿਜ਼ੀ ਹੁੰਦਾ, ਸਵੇਰੇ 6 ਵਜੇ ਤੋਂ ਲੈ ਕੇ ਕੰਮ ਸ਼ੁਰੂ ਹੋ ਜਾਂਦਾ, ਪਹਿਲਾਂ 1 ਘੰਟਾ PT ਹੁੰਦੀ ਹੈ, ਭਾਵੇਂ ਸਬ ਇੰਸਪੈਕਟਰ ਹੈ ਭਾਵੇਂ ਕਾਂਸਟੇਬਲ ਹੈ, ਪਹਿਲਾਂ 1 ਘੰਟਾ 6 ਤੋਂ 7 PT ਹੋਣੀ ਤੁਹਾਡੀ। ਠੀਕ ਹੈ, ਫਿਰ ਤੁਹਾਡੀ ਪਰੇਡ ਹੋਊਗੀ। ਠੀਕ ਹੈ, 8:30-8 ਵਜੇ ਛੱਡਣਗੇ ਤੁਹਾਨੂੰ, 10-10:30 ਵਜੇ ਤੁਹਾਡੀ ਲਾਅ ਕਲਾਸ ਹੋਊਗੀ। ਠੀਕ ਹੈ, ਇਹ ਚੱਲੂਗੀ 2 ਵਜੇ ਤੱਕ, ਫਿਰ ਤੁਹਾਨੂੰ 4 ਵਜੇ ਫਿਰ ਸੱਦ ਲੈਣਗੇ, ਫਿਰ 4 ਤੋਂ 6 ਫਿਰ ਤੁਹਾਡਾ ਪ੍ਰੋਗਰਾਮ ਚੱਲੂਗਾ, ਆਹੀ PT ਪਰੇਡ ਜਾਂ ਫਿਰ ਗੇਮਸ ਦਾ। ਠੀਕ ਹੈ, ਫਿਰ ਤੁਹਾਨੂੰ ਸ਼ਾਮ ਨੂੰ ਫੋਲਿੰਗ ਰੋਲ ਕਾਲ ਕਰਕੇ 7 ਵਜੇ ਛੱਡਣਗੇ। 7 ਵਜੇ ਤੋਂ ਬਾਅਦ ਤੁਹਾਨੂੰ ਇਹ ਹੋਊਗਾ ਵੀ 9 ਵਜੇ ਤੱਕ ਸੌਣ ਲੈਣਾ, ਹੋਊਗੀ ਸਵੇਰੇ 5 ਵਜੇ ਉੱਠਣਾ। ਆਹ 2 ਘੰਟਿਆਂ ਵਿੱਚ ਤੁਸੀਂ ਰੋਟੀ ਵੀ ਖਾਣੀ ਹੈ, ਘਰਦਿਆਂ ਨਾਲ ਗੱਲਾਂ ਵੀ ਕਰਨੀਆਂ, ਬਸ ਫਿਰ ਪੜ੍ਹਨ ਦੇ ਟਾਈਮ ਨਹੀਂ ਬਚਦਾ ਵੀ ਉੱਥੇ। ਠੀਕ ਹੈ, ਤਾਂ ਕਰਕੇ ਟ੍ਰੇਨਿੰਗ ਤੇ ਜਾਣ ਤੋਂ ਬਾਅਦ ਬਹੁਤ ਹੀ ਕੋਈ ਕੋਈ ਬੰਦਾ ਪੇਪਰ ਨਹੀਂ ਕੱਢ ਪਾਉਂਦਾ। ਮੈਂ ਵੀ ਗਿਆ ਸੀਗਾ, ਮੈਂ UPSC ਦੀ ਤਿਆਰੀ ਕਰਦਾ ਸੀ ਪਰ ਮੈਂ ਉੱਥੇ ਜਾ ਕੇ ਪੜ੍ਹ ਨਹੀਂ ਪਾਇਆ ਵੀ ਟਾਈਮ ਨਹੀਂ ਮਿਲਦਾ। ਠੀਕ ਹੈ, ਤਾਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਕਿਉਂ ਨਾ ਆਪਾਂ ਜੇ ਹੁਣ ਤਿਆਰੀ ਕਰਨ ਲੱਗੇ ਹੀ ਹੈ, ਚੱਜ ਨਾਲ ਤਿਆਰੀ ਕਰਕੇ ਅਗਲੇ ਸਾਲ ਵੀ ਪੋਸਟ ਆਉਣੀ ਹੈ, ਤਾਂ ਆਪਾਂ ਵੱਡਾ ਪੇਪਰ ਹੀ ਵੱਡੀ ਛਾਲ ਮਾਰੀਏ ਦੀਦੀ, ਹੁਣ ਤਾਂ 1 ਸਾਲ ਲੱਗੂਗਾ। ਠੀਕ ਹੈ, ਜੇ ਇੱਕ ਵਾਰੀ ਕਾਂਸਟੇਬਲ ਲੱਗ ਗਏ ਉਸ ਤੋਂ ਬਾਅਦ ਸਬ ਇੰਸਪੈਕਟਰ ਬਣਨ ਨੂੰ ਤੁਹਾਨੂੰ ਸਾਰੀ ਜ਼ਿੰਦਗੀ ਲੱਗ ਜਾਣੀ ਹੈ। ਠੀਕ ਹੈ, ਹੁਣ ਜ਼ਰੂਰੀ ਨਹੀਂ ਗਾ ਕਿ ਸਾਰੇ ਜਾਣੇ ਇਸ ਪਾਸੇ ਭੱਜੋ, ਕਈਆਂ ਦੀ ਹੋ ਸਕਦਾ ਹੈ 1-2 ਚੀਜ਼ਾਂ ਪੜੋਆਂ ਵੀ ਦੇਖਣੀ ਪੈਂਦੀ ਹੈ, ਜ਼ਿੰਦਗੀ ਵਿੱਚ ਆਰਥਿਕ ਕੰਡੀਸ਼ਨ ਠੀਕ ਨਹੀਂ ਹੁੰਦੀ, ਤਾਂ ਉਹਨਾਂ ਨੂੰ ਇਹ ਹੁੰਦਾ ਵੀ ਯਾਰ ਇੱਕ ਵਾਰੀ ਨੌਕਰੀ ਲੈ ਲਈਏ, ਸਾਡਾ ਘਰ ਚੱਲ ਪਏ ਇੱਕ ਵਾਰੀ। ਠੀਕ ਹੈ, ਉਹ ਬੰਦੇ ਤਾਂ ਫਿਰ ਕਾਂਸਟੇਬਲ ਵੱਲ ਵੀ ਜਾਇਓ। ਠੀਕ ਹੈ, ਉਹ ਬੰਦੇ ਫਿਰ ਕਾਂਸਟੇਬਲ ਵੱਲ ਹੀ ਜਾਇਓ, ਪਰ ਜਿਨ੍ਹਾਂ ਨੂੰ ਘਰੋਂ ਠੀਕ ਹੈ, ਕੋਈ ਤੰਗੀ ਪਰੇਸ਼ਾਨੀ ਨਹੀਂ ਹੈਗੀ, ਜਿਨ੍ਹਾਂ ਨੂੰ ਕੋਈ ਨਹੀਂ ਅਸੀਂ ਸਾਲ ਲਾ ਸਕਦੇ ਹਾਂ, ਉਹ ਫਿਰ ਆਪਾਂ ਤਿਆਰੀ ਕਰਨੀ ਆ ਆਹ ਪੇਪਰਾਂ ਦੀ, ਸਾਲ 'ਚ ਆਪਾਂ ਇਹ ਪੇਪਰ ਭੜਕਾ ਦੇ ਲੈਣਾ ਚੋ ਕੋਈ ਨਾ ਕੋਈ। ਠੀਕ ਹੈ, ਕਲੀਅਰ ਕਰ ਲੈਣਾ ਆਪਾਂ। ਤਾਂ ਹੁਣ ਮੈਂ ਤੁਹਾਨੂੰ ਜਿਹੜੀ ਤਿਆਰੀ ਕਰਾ ਰਿਹਾ ਨਾ ਉਹ ਇਸ ਲੈਵਲ ਦੀ ਹੀ ਕਰਾ ਰਿਹਾ ਕਿ ਇਕੱਲਾ ਕਾਂਸਟੇਬਲ ਫਾਇਰਮੈਨ ਪਟਵਾਰੀ ਨਹੀਂ, ਇਹ ਪੇਪਰ ਤਾਂ ਬਹੁਤ ਆਰਾਮ ਨਾਲ ਕਲੀਅਰ ਹੁੰਦੇ ਆ। ਹੁਣ ਕੱਲ ਮੈਨੂੰ ਇੱਕ ਵੀਰ ਭਰਾ ਸੱਜ
ਚਾਰ ਪੰਜ ਦਿਨ ਇੱਕ ਤਾਂ ਹੋਰ ਫੋਨ ਆਇਆ ਸੀ, ਕਹਿੰਦਾ 5 ਸਾਲ ਹੋ ਗਏ ਤਿਆਰੀ ਕਰਦੇ ਨੂੰ, ਕਹਿੰਦਾ ਮੇਰਾ ਪਟਵਾਰੀ ਦਾ ਇਗਜ਼ਾਮ ਹੀ ਨਹੀਂ ਕਲੀਅਰ ਹੋ ਰਿਹਾ, ਮੈਂ 5-6 ਨੰਬਰਾਂ ਤੋਂ 10 ਨੰਬਰ ਤੋਂ ਰਹਿ ਜਾਂਦਾ ਹਰੇ ਪੇਪਰ 'ਚ। ਠੀਕ ਹੈ, ਹੁਣ ਮੈਂ ਕਹਿੰਦਾ ਵੀ ਜੇ ਬੰਦਾ ਸਾਲ ਵੀ ਕੱਟ ਕੇ ਲਾ ਲਵੇ ਨਾ, ਤਾਂ ਉਹਦੇ ਸਾਰੇ ਪੇਪਰ ਕਲੀਅਰ ਹੋ ਸਕਦੇ ਆ, ਪਰ ਤਰੀਕਾ ਸਹੀ ਹੋਣਾ ਚਾਹੀਦਾ ਪੜ੍ਹਨ ਦਾ। ਠੀਕ ਹੈ, ਤਾਂ ਉਸੇ ਕਰਕੇ ਹੀ ਮੈਂ ਤੁਹਾਡੇ ਕੋਲ ਆਇਆ ਇੱਥੇ, ਤੁਹਾਨੂੰ ਪਤਾ ਲੱਗ ਜਾਏ, ਕੋਈ ਐ ਨਾ ਹੋਵੇ ਤੁਹਾਡਾ ਪੇਪਰ ਕਲੀਅਰ ਨਾ ਹੋਵੇ, ਵੀ ਤੁਸੀਂ 2-3 ਸਾਲ ਲਾ ਲਓ ਪੇਪਰ ਨਾ ਕਲੀਅਰ ਹੋਵੇ, 1 ਸਾਲ ਦੇ ਅੰਦਰ ਅੰਦਰ ਤੁਹਾਡੇ ਸਾਰੇ ਪੇਪਰ ਕਲੀਅਰ ਹੋਣਗੇ। ਠੀਕ ਹੈ, ਪਰ ਕੰਡੀਸ਼ਨ ਆ ਉਹਦੀ, ਕੰਡੀਸ਼ਨ ਕੀ ਆ, ਤੁਹਾਨੂੰ ਰੈਗੂਲਰ ਰਹਿਣਾ ਪਊਗਾ, ਜੋ ਕਰਾਇਆ ਉਹ ਡੇਲੀ ਕਰਨਾ ਪਊਗਾ, ਜੇ ਤੁਸੀਂ ਅੱਜ ਜਿਹੜਾ ਕੰਮ ਨਹੀਂ ਕੀਤਾ ਅਗਲੇ ਦਿਨ ਛੱਡਦਾ ਫੇਰ ਨਹੀਂ ਹੋਣਾ ਪੜਨਾ। ਹੁਣ ਅੱਜ ਆਪਾਂ ਨਾ ਇੱਥੇ ਕਰ ਰਹੇ ਹਿਸਟਰੀ, ਤੁਹਾਨੂੰ ਤਾਂ ਦੱਸਦਾ ਤੁਹਾਡੇ ਦਿਮਾਗ 'ਚ ਆਏ ਠੀਕ ਆ। ਹਾਂ ਚਲੋ, ਇੱਕ ਪੇਪਰ ਹੋਣਾ ਵਧੀਆ ਗੱਲ ਹੈ, ਇੱਕ ਹੁਣ, 2 ਹੁਣ, 3 ਹੁਣ, ਕੋਈ ਫਰਕ ਨਹੀਂ ਪੈਂਦਾ ਯਾਰ, ਉਹਦੀ ਤਿਆਰੀ ਵਧੀਆ ਨਾ। ਹੁਣ ਕਈ ਜਣੇ ਪੁੱਛਦੇ ਕਿੰਨਾ ਕੁ ਪੜ੍ਹ ਲਈਏ ਜੀ ਵੀ ਪੇਪਰ ਕਲੀਅਰ ਹੋ ਜਾਊਗਾ, ਕੰਪੀਟੀਸ਼ਨ ਹੈ ਜਿਹੜੇ 3-3, 4-4 ਸਾਲਾਂ ਤੋਂ ਲੱਗੇ, ਆਪਾਂ ਉਹਨਾਂ ਨੂੰ ਬੀਟ ਕਰਨਾ, ਠੀਕ ਆ, ਉਹਨਾਂ ਨੂੰ ਪਿੱਛੇ ਛੱਡਣਾ, ਤਾਂ ਹੀ ਛੱਡ ਪਾਵਾਂਗੇ ਜੇ ਆਪਾਂ ਪੂਰਾ ਜ਼ੋਰ ਲਾਵਾਂਗੇ। ਠੀਕ ਹੈ, ਹੁਣ ਤੁਹਾਡੇ ਲਈ ਇੱਕ ਹੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਇਸ ਟਾਈਮ ਵੀ ਤੁਸੀਂ ਆਏ ਹੋ, ਤਾਂ ਤੁਹਾਨੂੰ ਮੈਂ ਅੱਗੇ ਵੀ ਕਈ ਵਾਰੀ ਵੀਡੀਓ 'ਚ ਦੱਸਦਾ ਹੈ ਨਾ, ਵੀ ਜ਼ਿਆਦਾ ਜ਼ਿੰਦਗੀ ਵਿੱਚ ਇਕੱਲੀ ਪੜ੍ਹਾਈ ਦੀ ਗੱਲ ਨਹੀਂ ਹੈਗੀ, ਕੋਈ ਵੀ ਕੰਮ ਆ ਜ਼ਿਆਦਾ ਉਹਨੂੰ ਹੱਥ ਨਾ ਪਾਓ, ਠੀਕ ਹੈ, ਨਾ ਕਰੋ ਉਹਨੂੰ, ਪਰ ਜੇ ਹੱਥ ਪਾ ਲਿਆ ਉਹਨੂੰ, ਫਿਰ ਉਹਦੇ ਏਮ ਜਿਹੜਾ ਤੁਹਾਡਾ ਟਾਰਗੇਟ ਆ ਉਹਨੂੰ ਅਚੀਵ ਕਰਕੇ ਛੱਡੋ, ਫਿਰ ਸਭ ਬਾਕੀ ਸਭ ਕੁਝ ਭੁੱਲ ਜਾਓ। ਇਹ ਇਕੱਲੀ ਪੜ੍ਹਾਈ ਦੀ ਗੱਲ ਨਹੀਂ ਹੈਗੀ, ਜ਼ਿੰਦਗੀ 'ਚ ਕੋਈ ਵੀ ਕੰਮ ਕਰਨਾ ਤੁਸੀਂ, ਜਾਂ ਤੁਹਾਨੂੰ ਹੱਥ ਨਾ ਪਾਓ, ਜੇ ਹੱਥ ਪਾਇਆ ਫਿਰ ਪੂਰਾ ਉਹਦੇ ਐਂਡ ਤੱਕ ਜਾਓ, ਫਿਰ ਬਾਕੀ ਚੀਜ਼ਾਂ ਭੁੱਲ ਜਾਓ, ਵੀ ਬਾਕੀ ਹੋਰ ਕੁਝ ਵੀ ਹੈਗਾ, ਆਪਦੇ ਵਿਆਹ ਸ਼ਾਦੀਆਂ ਮੁਕਲਾਵੇ ਬਰਥਡੇ ਬੁਰਡੇ ਸਭ ਭੁੱਲ ਜਾਓ। ਠੀਕ ਹੈ, ਕਿਉਂਕਿ ਟਾਈਮ ਬਹੁਤ ਘੱਟ ਹੈ, ਪੇਪਰ ਸਿਰਾ ਦੜਾ ਆ ਰਹੇ ਨੇ, ਤੇ ਆਪਾਂ ਕਲੀਅਰ ਕਰਨਾ ਪੇਪਰ, ਪੇਪਰ ਤਾਂ ਹੀ ਕਲੀਅਰ ਹੋਊਗਾ ਜੇ ਡਟ